ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਹਰਸਾਲ ਸਿੰਘ ਸਨ ਆਫ ਕੁਲਵੰਤ ਸਿੰਘ ਜੋ ਕਿ ਨਸ਼ਹਿਰਾ ਟਾਲਾ ਪਿੰਡ ਦਾ ਰਹਿਣ ਵਾਲਾ, ਉਹ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਹੈਰੋਨ ਦੀ ਇੱਕ ਵੱਡੀ ਖੇਪ ਜਿਹੜੀ ਆ ਉਹ ਸਪਲਾਈ ਕਰਨ ਲਈ ਅਟਾਰੀ ਦੇ ਲਾਗੇ ਬਾਗੜੀਆ ਮੋੜ 'ਤੇ ਖੜ੍ਹਾ। ਉਸ ਇਨਫੋਰਮੇਸ਼ਨ ਦੇ ਬਿਹਾਵ 'ਤੇ ਸਰਦਾਰ ਬਲਬੀਰ ਸਿੰਘ DSP ਸਾਹਿਬ ਨੇ ਉੱਥੇ ਫੌਰੀ ਪੁਲਿਸ ਪਾਰਟੀ ਨੂੰ ਲੈ ਕੇ ਆਪਣਾ ਨਾਕਾ ਲਗਾਇਆ, ਰੇਡ ਕੀਤਾ। ਉੱਥੋਂ ਜਿਹੜੇ ਆ ਤਿੰਨ ਵਿਅਕਤੀ, ਇੱਕ ਰਸਾਲ ਸਿੰਘ ਸਨ ਆਫ ਕੁਲਵੰਤ ਸਿੰਘ ਨਸ਼ਹਿਰਾ ਟਾਲਾ ਪਿੰਡ, ਇੱਕ ਜਸਕਰਨ ਸਿੰਘ ਅਤੇ ਅੰਮ੍ਰਿਤਪਾਲ ਸਿੰਘ, ਇੱਕ ਆਪਣੇ ਬਣੀਏਗਾ ਦਾ ਰਹਿਣ ਵਾਲਾ ਅਤੇ ਇੱਕ ਸ਼ੂਰਾ ਪਿੰਡ ਦਾ ਰਹਿਣ ਵਾਲਾ ਜੀ। ਸਰ ਕੀ ਮਾਮਲਾ ਜੀ? ਮਾਮਲਾ ਇਸ ਤਰ੍ਹਾਂ ਜੀ, ਕੱਲ੍ਹ ਕਾਊਂਟਰ ਇੰਟੈਲੀਜੈਂਸ ਦੀ ਟੀਮ ਸਰਦਾਰ ਬਲਵੀਰ ਸਿੰਘ DSP ਸਾਹਿਬ ਆਪਣੀ ਪੁਲਿਸ ਪਾਰਟੀ ਦੇ ਨਾਲ ਅੱਡਾ ਭਕਨਾ ਵਿਖੇ ਮੌਜੂਦ ਸੀ, ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਹਰਸਾਲ ਸਿੰਘ ਸਨ ਆਫ ਕੁਲਵੰਤ ਸਿੰਘ ਜੋ ਕਿ ਨਸ਼ਹਿਰਾ ਟਾਲਾ ਪਿੰਡ ਦਾ ਰਹਿਣ ਵਾਲਾ, ਉਹ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਹੈਰੋਨ ਦੀ ਇੱਕ ਵੱਡੀ ਖੇਪ ਜਿਹੜੀ ਆ ਉਹ ਸਪਲਾਈ ਕਰਨ ਲਈ ਅਟਾਰੀ ਦੇ ਲਾਗੇ ਬਾਗੜੀਆ ਮੋੜ 'ਤੇ ਖੜ੍ਹਾ। ਉਸ ਇਨਫੋਰਮੇਸ਼ਨ ਦੇ ਬਿਹਾਵ 'ਤੇ ਸਰਦਾਰ ਬਲਬੀਰ ਸਿੰਘ DSP ਸਾਹਿਬ ਨੇ ਉੱਥੇ ਫੌਰੀ ਪੁਲਿਸ ਪਾਰਟੀ ਨੂੰ ਲੈ ਕੇ ਆਪਣਾ ਨਾਕਾ ਲਗਾਇਆ, ਰੇਡ ਕੀਤਾ। ਉੱਥੋਂ ਜਿਹੜੇ ਆ ਤਿੰਨ ਵਿਅਕਤੀ, ਇੱਕ ਰਸਾਲ ਸਿੰਘ ਸਨ ਆਫ ਕੁਲਵੰਤ ਸਿੰਘ ਨਸ਼ਹਿਰਾ ਟਾਲਾ ਪਿੰਡ, ਇੱਕ ਜਸਕਰਨ ਸਿੰਘ ਅਤੇ ਅੰਮ੍ਰਿਤਪਾਲ ਸਿੰਘ, ਇੱਕ ਆਪਣੇ ਬਣੀਏਗਾ ਦਾ ਰਹਿਣ ਵਾਲਾ ਅਤੇ ਇੱਕ ਸ਼ੂਰਾ ਪਿੰਡ ਦਾ ਰਹਿਣ ਵਾਲਾ ਜੀ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਅਤੇ ਸਰ ਇਹ ਖੇਪ ਕਦੋਂ ਮੰਗਾਇਆ? ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਰਾਤ ਜਿਹੜੀ ਆ ਖੇਪ ਮੰਗਾਈ ਆ ਥਰੂ ਡਰੋਨ ਪਾਕਿਸਤਾਨ ਤੋਂ। ਇਸ ਜਗ੍ਹਾ ਦੇ ਵਿੱਚ ਇਹਨਾਂ ਸੈਕਟਰ 18 ਦੇ ਲਾਗੇ 'ਚ ਆ ਕੇ ਹੀ ਇਹਨਾਂ ਨੇ ਜਿਹੜਾ ਵੀ ਦੱਸਿਆ ਹੋਇਆ ਵਾ ਕਿ ਉੱਥੋਂ ਅਸੀਂ ਮੋਬਾਈਲ ਦੀ ਲੋਕੇਸ਼ਨ 'ਤੇ ਇਹ ਮੰਗਵਾਈ ਹੈ ਖੇਪ। ਬੈਕਗਰਾਊਂਡ ਇਹਨਾਂ ਦੇ ਪਿੰਡ ਜਿਹੜੇ ਆ ਬਾਰਡਰ ਬੈਲਟ ਦੇ ਨਾਲ ਆ, ਅਤੇ ਉੱਥੇ ਇਹਨਾਂ ਨੇ ਅਜੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਦੇ ਕੰਡਕਟ ਕਿੱਦਾਂ ਆਏ ਆ ਅਤੇ ਕਿਹੜੇ ਬੰਦੇ ਨੇ ਇਹਨਾਂ ਨੂੰ ਨੰਬਰ ਦਿੱਤਾ ਜਾਂ ਇਹਨਾਂ ਦੀ ਗੱਲ ਕਰਾਈ ਆ, ਅਤੇ ਉਹ ਆਪਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ ਪਾਕਿਸਤਾਨੀ ਕੋਈ ਤਸਕਰ ਦਾ ਨਾਮ ਨੂੰ ਆਇਆ ਸਾਹਮਣੇ ਜਿਨ੍ਹਾਂ ਕੋਲ? ਅਜੇ ਫਿਲਹਾਲ ਇਹਨਾਂ ਨੇ ਜਿਹੜੀ ਰਿਕਵਰੀ ਜਿਹੜੀ ਅਸੀਂ ਕੀਤੀ ਆ 5 KG ਹੈਰੋਨ, ਉਹਦੇ ਬਾਰੇ ਇਹਨਾਂ ਨੇ ਦੱਸਿਆ ਵੀ ਆਪਾਂ ਥਰੂ ਡਰੋਨ ਮੰਗਵਾਈ ਆ। ਅਜੇ ਕੋਈ ਹੋਰ ਗੱਲਬਾਤ ਜਿਹੜੀ ਆ ਉਹ ਮਾਨਯੋਗ ਅਦਾਲਤ ਪਾਸੋਂ 6 ਤਰੀਕ ਤੱਕ ਦਾ ਪੁਲਿਸ ਰਿਮਾਂਡ ਜਿਹੜਾ ਉਹ ਲਿਆ ਗਿਆ ਅਤੇ ਉਹਦੇ 'ਚ ਇਹਨਾਂ ਕੋਲ ਪੁੱਛਗਿੱਛ ਕੀਤੀ ਜਾਊਗੀ। ਪਹਿਲੇ ਵੀ ਕੋਈ ਕੇਸ? ਪਹਿਲਾਂ ਨਹੀਂ ਜੀ, ਫਰੈਸ਼ ਹੀ ਆ, ਪਹਿਲਾਂ ਇਹਨਾਂ ਦੇ ਕੋਈ ਕੇਸ ਜਿਹੜਾ ਨਹੀਂ ਦਰਜ ਹੋਣਾ। ਸਰ ਇਹਨਾਂ ਕੋਲ ਕੋਈ ਮੋਬਾਈਲ ਬਰਾਮਦ ਕੀਤੇ ਗਏ? ਉਹਨਾਂ ਦੇ ਫੋਰੈਂਸਿਕ ਆਪਾਂ ਭੇਜਾਂਗੇ, ਲੈਬ 'ਤੇ ਭੇਜਾਂਗੇ ਅਤੇ ਉਹਦੇ ਦੇ ਵਿੱਚੋਂ ਅੱਗੇ ਜਿਹੜਾ ਇਹਨਾਂ ਦੇ ਲਿੰਕਾਂ ਦਾ ਪਤਾ ਲੱਗਿਆ ਜਾਊਗਾ। ਸਰ ਜਿਸ ਤਰ੍ਹਾਂ ਮਤਲਬ ਕਿ ਇਹ 3 ਬੰਦੇ ਜੋ ਹੈਗੇ ਜੋ ਇਹਨਾਂ ਕੋਲ ਸਕੂਟੀ ਦੇ ਵਿੱਚੋਂ ਬਰਾਮਦ ਕੀਤੇ ਗਏ ਆ? ਜੀ ਜੀ ਔਰ ਇਹਦੇ ਵਿੱਚ ਕੁਛ ਪਤਾ ਲੱਗਾ ਕਿ ਹਾਂ ਇਹ ਕਿੱਧਰ ਕਿਸ ਜਗ੍ਹਾ ਜਾ ਰਹੇ ਸੀ ਸਪਲਾਈ ਕਰਨ ਵਾਸਤੇ ਜਾਂ ਕਿਸ ਨੂੰ ਦੇਣ ਜਾ ਰਹੇ ਸੀ ਜਾਂ ਉਹਨਾਂ ਦੇ ਬਾਰੇ ਕੁਛ? ਇਹਨਾਂ ਨੂੰ ਫੋਨ ਆਉਣਾ ਹੁੰਦਾ ਵਾ, ਇਹਨਾਂ ਨੂੰ ਖਿਲਾਰ ਦਿੱਤਾ ਜਾਂਦਾ ਵਾ ਵੀ ਤੁਸੀਂ ਫਲਾਣੀ ਜਗ੍ਹਾ 'ਤੇ ਖਲੋ ਜੇ, ਉੱਥੇ ਫੋਨ 'ਤੇ ਫਿਰ ਇਹਨਾਂ ਨੂੰ ਡਾਇਰੈਕਸ਼ਨਾਂ ਮਿਲਦੀਆਂ ਵਾ ਅਤੇ ਉਹ ਮਾਨਯੋਗ ਆਪਣੇ ਸਰਦਾਰ DSP ਸਾਹਿਬ ਬਲਵੀਰ ਸਰ ਨੂੰ ਇਨਫੋਰਮੇਸ਼ਨ ਮਿਲ ਗਈ ਕਿ ਇਸ ਤਰ੍ਹਾਂ ਦੀ ਕੋਈ ਬੰਦੇ ਖੜ੍ਹੇ ਆ
ਤੇ ਉੱਥੇ ਫਿਰ ਇਹਨਾਂ ਦੀ ਗ੍ਰਿਫਤਾਰੀ ਹੋ ਗਈ। ਇਹਨਾਂ ਦੀ ਉਮਰ ਕੀ ਹੈ ਸਰ ਰਸਲ ਦੀ? ਰਸਾਲ ਸਿੰਘ ਦੀ ਜਿਹੜੀ ਉਮਰ ਆ ਉਹ ਤਾਂ ਕੋਈ 50 ਦੇ ਲਾਗੇ ਚਾਗੇ ਆ, 45-50 ਦੇ ਵਿੱਚ ਹੋਊਗੀ, ਬਾਕੀ 25-27 ਸਾਲ ਦੇ ਨੇ ਦੋਵੇਂ। ਤੇ ਸਰ ਜਿਹੜਾ ਕੰਮ ਕੁੰਮ ਮਤਲਬ ਕਿ ਐਜ਼ ਏ ਕਿਸਾਨ ਹੈਗੇ ਨੇ ਜਾਂ ਕੋਈ ਹੋਰ ਕੋਈ ਪ੍ਰਾਈਵੇਟ ਕੰਮ ਕਰਦੇ ਆ ਜਾਂ ਕੋਈ ਬਿਜ਼ਨਸ ਹੈਗਾ ਇਹਨਾਂ ਦਾ ਵੱਖਰਾ? ਨਹੀਂ, ਕਿਸਾਨੀ ਕਰਦੇ ਆ ਜੀ, ਹਾਂਜੀ, ਲੋਕਲੀ ਫਾਰਮਰ।